ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ। ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਐਡਵਾਈਜ਼ਰੀ ਸ਼ੇਅਰ ਕਰਨੀ ਹੈ। ਦਰਅਸਲ ਕੈਨੇਡਾ ਦੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਏਅਰਪੋਰਟ ਦੇ ਉੱਤੇ ਸਿਕਿਉਰਿਟੀ ਨੂੰ ਲੈ ਕੇ, ਜਿਸ ਦੇ ਵਿੱਚ ਭਾਰਤ ਤੋਂ ਆਉਣ ਵਾਲੇ ਅਤੇ ਭਾਰਤ ਲਈ ਜਾਣ ਵਾਲੇ ਲੋਕਾਂ ਵਾਸਤੇ ਕਹਿ ਸਕਦਾ ਕਿ ਵੱਡੀ ਸਿਕਿਉਰਿਟੀ ਦਾ ਇੰਤਜ਼ਾਮ ਹੋਵੇਗਾ ਅਤੇ ਕਰੜੀ ਸੁਰੱਖਿਆ ਵਿਵਸਥਾ ਦੇ ਵਿੱਚੋਂ ਦੀ ਨਿਕਲਣਾ ਪਵੇਗਾ। ਸੋ ਅੱਜ ਦੇ ਵੀਡੀਓ ਦੇ ਵਿੱਚ ਇਸੇ ਟੌਪਿਕ 'ਤੇ ਜ਼ਿਕਰ ਕਰਾਂਗੇ ਕਿ ਆਖਿਰ ਦੇ ਵਿੱਚ ਇਹ ਫੈਸਲਾ ਸਰਕਾਰ ਨੇ ਕਿਉਂ ਲਿਆ ਹੈ ਅਤੇ ਇਸ ਫੈਸਲੇ ਦੇ ਨਾਲ ਕੀ ਫਰਕ ਪਵੇਗਾ ਜਿਨ੍ਹਾਂ ਨੇ ਵੀ ਟਰੈਵਲ ਕਰਨਾ ਹੈ ਕੈਨੇਡਾ ਦੇ ਲਈ ਜਾਂ ਫਿਰ ਕੈਨੇਡਾ ਤੋਂ ਟਰੈਵਲ ਕਰਨਾ ਹੈ ਇੰਡੀਆ ਦੇ ਲਈ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕੇਪਸ ਨੋਡਾ ਸੋਪੀ ਛੱਪ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਫਿਰ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ। ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਵੀਡੀਓ ਸ਼ੁਰੂ ਕਰ ਲੈਂਦੇ ਹਾਂ। ਦਰਅਸਲ ਪਹਿਲਾਂ ਏਅਰਪੋਰਟ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਸੀਗੀਆਂ ਕਿ ਕਿਸੇ ਨੇ ਕੈਨੇਡਾ ਦੇ ਲਈ ਫਲਾਈਟ ਫੜਨੀ ਸੀਗੀ, ਪਰ ਏਅਰਲਾਈਨਸ ਨੇ ਉਸ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛੇ ਕਿ ਉਸਦਾ ਪ੍ਰੋਪਰ ਜਵਾਬ ਨਾ ਦੇ ਹੋਇਆ ਜਾਂ ਫਿਰ ਕਾਗਜ਼ਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਦਾ ਕਰਕੇ ਜਾਂ ਫੇਕ ਡਾਕੂਮੈਂਟੇਸ਼ਨ ਦਾ ਕਰਕੇ ਜਾਂ ਫਿਰ ਹੋਰ ਕਈ ਤਰੀਕੇ ਦੇ ਨਾਲ ਏਅਰਲਾਈਨਸ ਡਿਨਾਈ ਕਰ ਦਿੰਦੀ ਸੀਗੀ ਟਰੈਵਲ ਕਰਨ ਨੂੰ ਅਤੇ ਬੋਰਡਿੰਗ ਪਾਸ ਨਹੀਂ ਦਿੱਤਾ ਜਾਂਦਾ ਸੀਗਾ। ਪਰ ਹੁਣ ਤਾਂ ਖੁੱਲ੍ਹ ਕੇ ਕੈਨੇਡਾ ਨੇ ਖਾਸ ਕਰਕੇ ਇੰਡੀਆ ਤੋਂ ਆਉਣ ਵਾਲੇ ਅਤੇ ਇੰਡੀਆ ਨੂੰ ਜਾਣ ਵਾਲੇ ਮੁਸਾਫਰਾਂ ਨੂੰ ਲੈ ਕੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਦੀ ਜਾਣਕਾਰੀ ਜਿਹੜੀ ਹੈ ਟਰਾਂਸਪੋਰਟ ਮਿਨਿਸਟਰ ਅਨੀਤਾ ਆਨੰਦ ਨੇ ਸ਼ੇਅਰ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਪਾਲਿਸੀ ਜਿਹੜੀ ਸਰਕਾਰ ਲੈ ਕੇ ਆਈ ਹੈ ਫੈਡਰਲ ਗੌਰਮੈਂਟ, ਉਹ ਟੈਂਪਰੇਰੀ ਤੌਰ 'ਤੇ ਲੈ ਕੇ ਆਏ, ਕੋਈ ਪਰਮਾਨੈਂਟ ਪਾਲਿਸੀ ਨਹੀਂ ਹੈਗੀ ਕਿ ਪਰਮਾਨੈਂਟਲੀ ਇਸੇ ਤਰੀਕੇ ਦੀ ਸਖਤੀ ਰਹੇਗੀ। ਇਹ ਇੱਕ ਟੈਂਪਰੇਰੀ ਪਾਲਿਸੀ ਹੈ ਜੋ ਇੱਕ ਟਾਈਮ ਬੀਂਗ ਲਈ ਹੈ, ਉਸ ਤੋਂ ਬਾਅਦ ਇਸ ਨੂੰ ਹਟਾ ਵੀ ਦਿੱਤਾ ਜਾ ਸਕਦਾ ਹੈ। ਸੋ ਮੀਡੀਆ ਦੀਆਂ ਖਬਰਾਂ 'ਤੇ ਨਾ ਜਾ ਕੇ ਤੁਸੀਂ ਇਨਡੈਪਥ ਦੇਖੋ ਕਿ ਐਕਚੁਅਲ ਦੇ ਵਿੱਚ ਕੀ ਇਹਦੇ ਵਿੱਚ ਨਵਾਂ ਐਡ ਆਨ ਕੀਤਾ ਜਾ ਰਿਹਾ ਹੈ। ਦਰਅਸਲ ਸਕਰੀਨਿੰਗ ਦੇ ਦੌਰਾਨ ਵੱਧ ਸਮਾਂ ਲੱਗ ਸਕਦਾ ਹੈ, ਇਹ ਟਰਾਂਸਪੋਰਟ ਮਿਨਿਸਟਰ ਨੇ ਕਿਹਾ, ਖੱਜਲ ਖੁਆਰੀ ਤੁਹਾਡੀ ਵੱਧ ਸਕਦੀ ਹੈ। ਐਕਸਰੇ ਮਸ਼ੀਨਾਂ ਦੇ ਰਾਹੀਂ ਜਿਹੜੀ ਤੁਹਾਡੀ ਜਾਂਚ ਕੀਤੀ ਜਾਂਦੀ ਉਹ 'ਤੇ ਜਾਂਚ ਕੀਤੀ ਜਾਵੇਗੀ, ਬਕਾਇਦਾ ਤੌਰ 'ਤੇ ਮੈਨੂਅਲ ਵੀ ਤੁਹਾਡੀ ਜਾਂਚ ਹੋਵੇਗੀ, ਤੁਹਾਡੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਅਤੇ ਕੈਨੇਡੀਅਨ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ। ਹੁਣ ਇਹਦੇ ਵਿੱਚ ਤੁਹਾਡੀ ਸੁਰੱਖਿਆ ਅਤੇ ਕੈਨੇਡੀਅਨ ਦੀ ਸੁਰੱਖਿਆ ਦੋ ਵਰਡ ਕਿਉਂ ਯੂਜ਼ ਕੀਤੇ ਗਏ ਨੇ, ਉਹਦੇ ਵਿੱਚ ਇਹ ਕਿਹਾ ਗਿਆ ਕਿ ਕੈਨੇਡਾ ਦੇ ਵਿੱਚ ਜੋ ਹਾਲ ਫਿਲਹਾਲ ਦੇ ਵਿੱਚ ਘਟਨਾਕ੍ਰਮ ਵਾਪਰਿਆ, ਮੰਦਰ ਅਤੇ ਗੁਰਦੁਆਰੇ ਦੇ ਬਾਹਰ ਜਿਸ ਤਰੀਕੇ ਨਾਲ ਪ੍ਰੋਟੈਸਟਰਸ ਨੇ ਇੱਕ ਦੂਜੇ ਖਿਲਾਫ ਨਾਰੇਬਾਜ਼ੀ ਕੀਤੀ, ਜਿਸ ਤਰੀਕੇ ਦੇ ਨਾਲ ਉੱਥੇ ਹਿੰਸਾ ਵਰਗਾ ਮਾਹੌਲ ਬਣ ਗਿਆ, ਉਸ ਤੋਂ ਦੇਖਦੇ ਹੋਏ ਇਹ ਕਰੜੇ ਫੈਸਲੇ ਲੈਣੇ ਪਏ ਨੇ, ਕਿਉਂਕਿ ਕਈਆਂ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਨੇ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ, ਅਤੇ ਉਹ ਕਿਤੇ ਥਿਆ ਨਹੀਂ ਰਹੇ ਜਾਂ ਨਜ਼ਰ ਨਹੀਂ ਆ ਰਹੇ, ਤਾਂ ਉਹਨਾਂ ਨੂੰ ਖਦਸ਼ਾ ਇਹ ਹੈ ਕਿ ਹੋ ਸਕਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਦੇਸ਼ 'ਚੋਂ ਬਾਹਰ ਜਾਣ ਦਾ ਵੀ ਕੋਸ਼ਿਸ਼ ਕਰੇ। ਸੋ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਇਹ ਕਹਿ ਸਕਦੇ ਹਾਂ ਕਿ ਕਰੜੇ ਫੈਸਲੇ ਜਿਹੜੇ ਉਹ ਲਏ ਗਏ ਨੇ। ਹੁਣ ਇਹ ਤਾਂ ਜਿਹੜਾ ਆਦੇਸ਼ ਹੈ ਉਹ ਕੈਨੇਡੀਅਨ ਏਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ ਨੂੰ ਦਿੱਤਾ ਗਿਆ, ਯਾਨੀ ਕਿ ਕੈਨੇਡੀਅਨ ਏਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ ਜਿਹੜੀ ਹੈ ਉਸਨੂੰ ਇਹ ਜ਼ਿੰਮੇਵਾਰੀ ਲਗਾਈ ਗਈ ਹੈ ਕਿ ਜਿਹੜੇ ਵੀ ਕੈਨੇਡਾ ਦੇ ਵਿੱਚ ਭਾਵੇਂ ਕੋਈ ਟੈਂਪਰੇਰੀ ਰੈਜੀਡੈਂਸ 'ਤੇ ਆ ਰਿਹਾ ਹੈ, ਭਾਵੇਂ ਕੋਈ ਪਰਮਾਨੈਂਟ ਰੈਜੀਡੈਂਸ 'ਤੇ ਆ ਰਿਹਾ ਹੈ, ਭਾਵੇਂ ਕੋਈ ਕੈਨੇਡਾ ਤੋਂ ਗਿਆ ਸੀਗਾ ਅਤੇ ਵਾਪਸ ਮੁੜ ਕੈਨੇਡਾ ਆ ਰਿਹਾ, ਯਾਨੀ ਕਿ ਕੋਈ ਇੰਡੀਅਨ ਉੱਥੇ PR ਸਿਟੀਜ਼ਨ ਹੈ, ਤਾਂ ਉਹਦੀ ਵੀ ਚੰਗੀ ਤਰ੍ਹਾਂ ਘੋਖ ਪੜਤਾਲ ਕੀਤੀ ਜਾਵੇ ਏਅਰਪੋਰਟ 'ਤੇ।
ਉਹਦੇ ਸਮਾਨ ਦੀ ਬਕਾਇਦਾ ਤੌਰ ਤੇ ਚੈਕਿੰਗ ਕੀਤੀ ਜਾਵੇ, ਉਹਦੀ ਆਈਡੈਂਟੀਟੀ ਚੈੱਕ ਕੀਤੀ ਜਾਵੇ ਤੇ ਹਰ ਇੱਕ ਨੂੰ ਬਕਾਇਦਾ ਤੌਰ ਤੇ ਸਕਰੀਨਿੰਗ ਦੇ ਕਰਨ ਤੋਂ ਬਾਅਦ ਹੀ ਜਿਹੜਾ ਹੈ ਉਹ ਰਿਲੀਜ਼ ਕੀਤਾ ਜਾਵੇ। ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਹਿ ਸਕਦੇ ਹਾਂ ਕਿ ਇਹ ਅਪਡੇਟ ਹੈ। ਹਾਲਾਂਕਿ ਮੀਡੀਆ ਇਸ ਨੂੰ ਕਈ ਪੱਖ ਤੋਂ ਜੋੜ ਕੇ ਦੇਖ ਰਿਹਾ ਹੈ ਕਿ ਸਿਰਫ ਇੰਡੀਅਨ ਵਾਸਤੇ ਇੱਦਾਂ ਉੱਦਾਂ ਕਰ ਰਿਹਾ ਹੈ, ਬਟ ਐਕਚੁਅਲ ਦੇ ਵਿੱਚ ਕੀ ਹੈ ਕਿ ਜਿਹੜੇ ਪਿਛਲੇ ਦਿਨੀ ਪ੍ਰੋਟੈਸਟ ਹੋਏ ਜਾਂ ਫਿਰ ਇਹ ਪਾਲਿਸੀ ਇਸ ਕਰਕੇ ਲਿਆਂਦੀ ਗਈ ਕਿ ਜਿਹੜੀ ਸੁਰੱਖਿਆ ਵਿਵਸਥਾ ਹੈ ਉਹਨੂੰ ਕਰੜੀ ਤੇ ਚਾਕ ਚੌਬੰਦ ਕੀਤਾ ਜਾਵੇ, ਕਿਉਂਕਿ ਇਹਦਾ ਇਹ ਸੁਰੱਖਿਆ ਜਿਹੜੀ ਉਹ ਤੁਹਾਡੇ ਨਾਲ ਵੀ ਜੁੜੀ ਹੋਈ ਹੈ ਤੇ ਕੈਨੇਡੀਅਨਸ ਨਾਲ ਵੀ ਜੁੜੀ ਹੋਈ ਹੈ। ਦਰਅਸਲ ਪਿਛਲੇ ਦਿਨੀ ਇੱਕ ਬੰਬ ਦੀ ਅਫਵਾਹ ਸੀਗੀ ਏਅਰਲਾਈਨਸ ਦੇ ਵਿੱਚ, ਜਿਹਨੂੰ ਕੈਨੇਡਾ ਦੇ ਇੱਕ ਨੀਨੂ ਇਲਾਕੇ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਤੇ ਉਸ ਤੋਂ ਬਾਅਦ ਉੱਥੋਂ ਕੈਨੇਡੀਅਨ ਏਅਰਫੋਰਸ ਦਾ ਜਹਾਜ਼ ਜਿਹੜਾ ਉਹ ਫਿਰ ਯਾਤਰੀਆਂ ਨੂੰ ਛੱਡ ਕੇ ਆਇਆ ਸੀ। ਫਿਲਹਾਲ ਉਹਦੇ ਵਿੱਚ ਹੈ ਵੀ ਕੁਛ ਨਹੀਂ ਸੀਗਾ, ਸਿਰਫ ਇੱਕ ਅਫਵਾਹ ਸੀਗੀ, ਪਰ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ ਇਸ ਨੂੰ ਦੇਖਦੇ ਹੋਏ ਇਹ ਸੁਰੱਖਿਆ ਵਿਵਸਥਾ ਜਿਹੜੀ ਹੈ ਉਸਨੂੰ ਕਰੜਾ ਕੀਤਾ ਜਾ ਰਿਹਾ। ਦੂਜੀ ਗੱਲ ਕਿ ਕੈਨੇਡਾ ਦੇ ਵਿੱਚ ਹਾਲ ਫਿਲਹਾਲ 'ਚ ਜੋ ਸਿਚੁਏਸ਼ਨ ਬਣੀ ਹੈ, ਜੋ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿਚਕਾਰ ਕੁੜੱਤਨ ਆਈ ਹੈ, ਉਹਨਾਂ ਰਿਸ਼ਤਿਆਂ ਨੂੰ ਲੈ ਕੇ ਕਿਸ ਦੇ ਤਰੀਕੇ ਦੀ ਹੋਰ ਕੋਈ ਅਜਿਹੀ ਐਕਟੀਵਿਟੀ ਨਾ ਹੋ ਜਾਵੇ ਜਿਸਦਾ ਜ਼ਿੰਮੇਵਾਰ ਕੱਲ੍ਹ ਨੂੰ ਸਰਕਾਰ ਨੂੰ ਠਹਿਰਾਇਆ ਜਾਵੇ। ਇਸ ਕਰਕੇ ਸਰਕਾਰ ਨੇ ਉਸ ਤੋਂ ਪਹਿਲਾਂ ਹੀ ਇੱਕ ਟੈਂਪਰੇਰੀ ਤੌਰ ਦੇ ਉੱਤੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਦੇ ਵਿੱਚ ਟਰਾਂਸਪੋਰਟ ਮਿਨਿਸਟਰ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜੀ ਇਹ ਪਾਲਿਸੀ ਹੈ ਉਹ ਸਿਰਫ ਇੱਕ ਟੈਂਪਰੇਰੀ ਬੇਸ ਹੈ, ਇੱਕ ਟਾਈਮ ਬੀਂਗ ਲਈ ਹੈ, ਉਸ ਤੋਂ ਬਾਅਦ ਇਸ ਨੂੰ ਨਿਰਸਤ ਯਾਨੀ ਖਤਮ ਵੀ ਕੀਤਾ ਜਾ ਸਕਦਾ ਹੈ ਇੱਕ ਟਾਈਮ ਕੰਪਲੀਟ ਹੋਣ ਤੋਂ ਬਾਅਦ, ਜੋ ਇੱਕ ਕਹਿ ਸਕਦੇ ਸੁਰੱਖਿਆ ਨੂੰ ਲੈ ਕੇ ਜੋ ਚੇਤਾਵਨੀ ਹੈ ਉਸ ਚੇਤਾਵਨੀ ਦੇ ਅੰਡਰ ਇਹ ਨਵੀਂ ਜਿਹੜੀ ਟੈਂਪਰੇਰੀ ਪਾਲਿਸੀ ਹੈ ਇਹ ਲਿਆਂਦੀ ਗਈ ਹੈ। ਸੋ ਉਮੀਦ ਕਰਦਾ ਵਲੌਗ ਪਸੰਦ ਆਇਆ ਹੋਗਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ, ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ, ਕੋਈ ਪ੍ਰਮੋਸ਼ਨਲ ਕੰਟੈਂਟ ਤਿਆਰ ਨਹੀਂ ਕਰਦੇ। ਕੇਪਸ ਨੂੰ ਸੁਪੀਸ਼ਲ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਆ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਨਹੀਂ ਲਗਾਉਂਦੇ, ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜਿੰਨਾ ਹੋ ਸਕੇ ਯਾਰਾਂ ਮਿੱਤਰਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਸਾਡਾ ਕੰਟੈਂਟ ਪ੍ਰੋ ਤੁਹਾਨੂੰ ਹੁੰਦਾ ਹੈ, ਨਾ ਕਿ ਪ੍ਰੋ ਐਡਵਰਟੀਜ਼ਮੈਂਟ ਜਾਂ ਪ੍ਰੋ ਏਜੰਟ ਨੂੰ ਮਾ ਹੁੰਦਾ ਹੈ। ਸੋ ਉਮੀਦ ਕਰਦਾ ਵਲੌਗ ਪਸੰਦ ਆਇਆ ਹੋਵੇਗਾ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।